ਬ੍ਰੇਕ ਤੋਂ ਬਾਅਦ ਦੋਸਤੋ ਤੁਹਾਡਾ ਸਵਾਗਤ ਹੈ ਔਰ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਇੰਡੀਪੈਂਡੈਂਸ ਡੇ ਨੂੰ ਲੈ ਕੇ ਅੱਜ ਅਮਰੀਕਾ ਦੀ ਧਰਤੀ ਦੇ ਉੱਤੇ ਇੰਡੀਪੈਂਡੈਂਸ ਡੇ ਮਨਾਇਆ ਜਾ ਰਿਹਾ ਔਰ ਵੱਖ ਵੱਖ ਜਿਹੜੇ ਦੇਸ਼ ਨੇ ਆਪਣੇ ਹਿਸਾਬ ਆਪਣੀ ਵਿਚਾਰਧਾਰਾ ਦੇ ਨਾਲ ਇੰਡੀਪੈਂਡੈਂਸ ਡੇ ਮਨਾਉਂਦੇ ਹਨ ਯਾਨੀ ਕਿ ਆਜ਼ਾਦੀ ਦਿਹਾੜਾ ਮਨਾਉਂਦੇ ਹਨ। ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ 15 ਅਗਸਤ ਨੂੰ ਯਾਨੀ ਕਿ ਅਗਲੇ ਮਹੀਨੇ ਹੁਣ ਭਾਰਤ ਦੇ ਵਿੱਚ ਵੀ ਆਜ਼ਾਦੀ ਮਨਾਈ ਜਾਏਗੀ, ਲੇਕਿਨ ਜਿੱਥੇ ਸਾਡੇ ਦਿਲ ਨੇ, ਜਿੱਥੇ ਸਾਡੀ ਸੋਚ ਹੈ, ਜਿੱਥੇ ਸਾਡਾ ਦਿਮਾਗ ਚੱਲਦਾ 24 ਘੰਟੇ, ਕਿ ਉੱਥੇ ਆਜ਼ਾਦੀ ਹਜੇ ਵੀ ਚਾਹੀਦੀ ਹੈ। ਇਸ ਨੂੰ ਲੈ ਕੇ ਵਿਚਾਰ ਵਟਾਂਦਰਾ ਕਰ ਰਿਹਾ, ਤੁਹਾਡੀ ਰਾਏ ਜਾਣਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਵੇਖ ਪਾ ਰਿਹਾ ਕਿ ਤੁਸੀਂ ਮੈਨੂੰ ਕਾਲ ਕਰ ਰਹੇ ਹੋ ਔਰ ਲੈਂਦੇ ਹਾਂ ਤੁਹਾਡੇ ਵਿਚਾਰ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਹਰਪ੍ਰੀਤ ਸਿੰਘ, ਮੈਂ ਹਰਪ੍ਰੀਤ ਸਿੰਘ, ਥੈਂਕ ਯੂ। ਯਾ, ਕੀ ਕਹਿਣਾ ਚਾਹੁੰਗੇ? ਪਹਿਲਾਂ ਤਾਂ ਇਹ ਕਿ ਬਈ ਤੁਹਾਡੇ ਅਮਰੀਕਾ ਦੀ ਅੱਜ ਆਜ਼ਾਦੀ ਦਾ ਦਿਨ ਹੈ ਜੀ ਜੀ ਜੀ, ਔਰ ਤੁਹਾਨੂੰ ਮੁਬਾਰਕ ਹੋਵੇ ਜੀ 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 ਜੀ। ਔਰ ਦੇਖੋ ਹਰਪ੍ਰੀਤ ਸਿੰਘ, ਆਪਾਂ ਨੂੰ ਪਤਾ ਵੀ ਨਹੀਂ ਹੈਗਾ ਬਈ ਅਮਰੀਕਾ ਕਿਸੇ ਵੇਲੇ ਗੁਲਾਮ ਹੋਏਗਾ ਜੀ ਜੀ ਜੀ, ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਨਹੀਂਗਾ ਜੀ ਜੀ। ਪਰ ਦੇਖੋ, ਇੰਨੇ ਸਦੀਆਂ ਤੋਂ ਬਾਅਦ ਵੀ ਉਹ ਚਾਰ ਜੁਲਾਈ ਨੂੰ ਜੀ ਜੀ ਉਹ ਆਜ਼ਾਦੀ ਦਾ ਦਿਨ ਮਨਾਉਂਦੇ ਨੇ ਜੀ। ਹਾਂਜੀ ਜੀ, ਔਰ ਮੈਨੂੰ ਯਾਦ ਹੈ ਕਿ ਇਹਨਾਂ ਦੀ ਅੰਬੈਸੀ, ਅਮੈਰੀਕਨ ਦੀ ਅੰਬੈਸੀ ਹੈ ਲੰਡਨ ਦੇ ਵਿੱਚ ਜੀ ਜੀ, ਤੇ ਉੱਥੇ ਆਜ਼ਾਦੀ ਦਾ ਦਿਨ ਮਨਾਇਆ ਜਾ ਰਿਹਾ ਸੀਗਾ, ਤੇ ਨੈਸ਼ਨਲ ਐਂਥਮ ਇਸ ਵੇਲੇ ਲਗਾਇਆ ਗਿਆ, ਤੇ ਇੱਕ ਆਦਮੀ ਗੱਲਾਂ ਕਰਦਾ ਸੀ ਵਿੱਚ ਜੀ ਜੀ, ਇੱਕ ਅਮੈਰੀਕਨ ਔਰਤ ਨੇ ਜਾ ਕੇ ਉਹਦੇ ਮੂੰਹ ਤੇ ਥੱਪੜ ਮਾਰਿਆ। ਓਕੇ, ਉਹਦੇ ਇੱਥੇ ਪੇਪਰਾਂ 'ਚ ਸੀਗਾ, ਉਹਦੇ ਮੂੰਹ ਤੇ ਥੱਪੜ ਮਾਰਿਆ। ਉਹ ਕਹਿੰਦੀ, ਤੈਨੂੰ ਪਤਾ ਨਹੀਂ ਕਿ ਦੇਸ਼ ਦਾ ਨੈਸ਼ਨਲ ਐਂਥਮ ਗਾਇਆ ਜਾ ਰਿਹਾ, ਤੂੰ ਆਪਣੀਆਂ ਗੱਲਾਂ ਕਰ ਰਿਹਾ ਜੀ 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 ਜੀ। ਜਿਹਨੋਂ ਜਿਹਨਾਂ ਲੋਕਾਂ ਨੂੰ ਨਾ ਆਜ਼ਾਦੀ ਦੀ ਕੀਮਤ ਦਾ ਪਤਾ, ਉਹਨਾਂ ਨੂੰ ਆਪਣੇ ਨੈਸ਼ਨਲ ਐਂਥਮ, ਆਪਣੇ ਮੁਲਕ ਦੀ ਵੈਲਿਊ ਦਾ ਵੀ ਪਤਾ ਕੀ ਆ। ਬਿਲਕੁਲ 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 ਸਹੀ ਕਿਹਾ ਹਰਭਜਨ ਸਿੰਘ ਜੀ ਤੁਸੀਂ, ਬਿਲਕੁਲ। ਹਾਂਜੀ, ਉਹਨਾਂ ਨੂੰ ਇਹ ਵੀ ਪਤਾ ਜੀ, ਜਿਹੜੇ ਲੋਕ ਨਾ ਮਤਲਬ ਆਪਣੇ ਮੁਲਕ ਨੂੰ ਨਹੀਂ ਸਮਝਦੇ ਇੱਥੇ ਦਾ ਮੁਲਕ ਕੀ ਹੁੰਦਾ ਜੀ, ਸਲਾਮੀ ਠੋਕਦੇ ਨੇ ਔਰ ਸਲਾਮ ਕਰਦੇ ਨੇ, ਜਿਹੜਾ ਸਾਡਾ ਫਲੈਗ ਹੈਗਾ, ਕਿਸੇ ਵੀ ਮੁਲਕ ਦਾ ਫਲੈਗ ਹੋਵੇ, ਲੇਕਿਨ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਉਹਨਾਂ ਦੇ ਜ਼ਿਹਨ ਦੇ ਵਿੱਚ ਉਸ ਟਾਈਮ ਕੀ ਚੱਲ ਰਿਹਾ ਹੁੰਦਾ। ਬਸ ਜੈਨ ਉਹ ਸਿਰਫ ਰਸਮੀ ਅਦਾ ਕਰ ਰਹੇ ਨੇ, ਲੇਕਿਨ ਉਸ ਝੰਡੇ ਦੀ ਵੈਲਿਊ ਨਹੀਂ ਸਮਝਿਆ ਜਿਹਨਾਂ ਨੇ ਕੁਰਬਾਨੀ ਕੀਤੀ, ਜੋ ਦਨ ਸਾਨੂੰ ਦਿਖਾਇਆ ਨਾ, ਉਹਦੀ ਅਸੀਂ ਕੀਮਤ ਨਹੀਂ ਜਾਣੀ ਜੀ 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 ਜੀ। ਅਸੀਂ ਸਲਾਮੀ ਦਾ ਠੋਕਤੀ, ਅਸੀਂ ਸਲਾਮੀ ਦਾ ਦੇਤੀ ਆਪਣੇ ਨੈਸ਼ਨਲ ਫਲੈਗ। ਮੈਂ ਹਰਕੀਰ ਸਿੰਘ, ਮੈਂ ਗਰੀਬ ਕਰਦਾ ਜੰਮ ਪਲਿਆ ਜੀ ਜੀ, ਮੈਨੂੰ ਪਤਾ ਗੁਲਾਮੀ ਔਰ ਗਰੀਬੀ ਕੀ ਹੁੰਦੀ ਆ ਜੀ, ਸਮਝੀ ਨਾ ਜੀ। ਜਾਂ ਮੈਂ ਇਸ ਮੁਲਕ ਜਾਣ ਕੇ ਇੱਕ ਨਾ ਫਰੈਸ਼ ਹਵਾ, ਇੱਕ ਆਜ਼ਾਦ ਹਵਾ ਦੇਖੀ, ਫਿਰ ਮੈਨੂੰ ਪਤਾ ਲੱਗਿਆ ਕਿ ਆਜ਼ਾਦੀ ਕੀ ਚੀਜ਼ ਹੁੰਦੀ ਆ। ਬਿਲਕੁਲ ਬਿਲਕੁਲ, ਮੈਂ ਇਸ ਗੱਲ ਤੋਂ ਬਿਲਕੁਲ ਸਹਿਮਤ ਹਾਂ ਕਿ ਆਜ਼ਾਦੀ ਹਵਾ ਦੀ ਵੀ ਬਹੁਤ ਲੋੜ ਹੈਗੀ ਹੈ, ਔਰ ਮੁਲਕਾਂ ਦੇ ਵਿੱਚ ਵੱਖ ਵੱਖ ਮੁਲਕਾਂ ਦੇ ਵਿੱਚ ਜਿਹੜੀ ਐਜੂਕੇਸ਼ਨ, ਜਿਹਨੂੰ ਜੇ ਮੈਂ ਤੇਰੇ ਵਰਗੇ ਹਰਕੀ ਸਿੰਘ ਜੀ, ਮੈਂ ਤੇਰੇ ਵਰਗੇ ਇੱਕ ਕਾਬਲ ਆਦਮੀ ਨਾਲ ਗੱਲ ਕਰ ਸਕਦਾ ਜੀ 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 ਜੀ, ਤੇ ਉਹ ਮੇਰੇ ਮਾਂ ਪਿਓ ਨੇ ਐਜੂਕੇਸ਼ਨ ਜਿਹੜੀ ਤੇ ਮੈਨੂੰ ਚਾਂਸ ਦਿੱਤਾ, ਉਹ ਮੈਨੂੰ ਤਾਕਤ ਦੇ ਰਿਹਾ ਤੇਰੇ ਨਾਲ ਗੱਲ ਕਰਨ ਵਾਸਤੇ ਜੀ ਜੀ ਜੀ। ਨਹੀਂ, ਸਭ ਤੋਂ ਪਹਿਲਾਂ ਤੇ ਕਾਬਲ ਕਹਿਣ ਦੇ ਲਈ ਮੇਰੇ ਮਾਂ ਪਿਓ ਨੇ ਉਹ ਸਕੂਲ ਸਿਸਟਮ ਨੇ ਮੈਨੂੰ ਮਿਲਣ ਦਿੱਤੀ। ਬਹੁਤ ਬਹੁਤ ਤੁਹਾਡਾ ਧੰਨਵਾਦ ਔਰ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਦਾ, ਲੇਕਿਨ ਹਜੇ ਇੰਨੇ ਕਾਬਲ ਨਹੀਂ ਹੋਏ, ਕੋਸ਼ਿਸ਼ ਕਰਦੇ ਹਾਂ ਕਾਬਲ ਬਣਨ ਦੀ, ਤਾਂ ਕਿ ਵਿਚਾਰ ਤੁਹਾਡੇ ਨਾਲ ਤੁਹਾਡੇ ਵੀ ਲੈ ਸਕੀਏ ਔਰ ਹੋਰ ਅਸੀਂ ਕਾਬਲ ਹੋ ਜਾਈਏ, ਕਿਉਂਕਿ ਐਵਰੀ ਡੇ ਆਈ ਥਿੰਕ ਇਜ਼ ਅ ਨਿਊ ਗੱਲਾਂ ਹੈਗੀਆਂ ਪਰ ਇਨ ਟਾਈਮ ਦੇ ਮੁਤਾਬਕ ਇੱਥੇ ਕਾਫੀ ਆ ਜੀ 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 ਜੀ। ਬਹੁਤ ਬਹੁਤ ਧੰਨਵਾਦ ਭਜਨ ਸਿੰਘ ਜੀ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ? ਲੱਗਦਾ ਉਹਨਾਂ ਦੀ ਫੋਨ ਡਿਸਕਨੈਕਟ ਹੋ ਗਿਆ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਹੈਲੋ ਜੀ, ਮੇਰਾ ਕਨੈਕਟ ਹੋ ਜੀ। ਜੀ 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 ਜੀ, ਸਤਿ ਸ਼੍ਰੀ ਅਕਾਲ ਜੀ, ਔਨ ਏਅਰ ਹੋ, ਤੁਸੀਂ ਕੀ ਕਹਿਣਾ ਚਾਹੋਗੇ? ਹਾਂ ਜੀ, ਮੈਂ ਪਹਿਲਾ ਬੰਗੜ ਬੋਲ ਰਿਹਾ ਜੀ। ਜੀ ਜੀ ਜੀ, ਹੈਲੋ ਵਾਲੇ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਅਮਰੀਕਾ ਨੂੰ 4 ਜੁਲਾਈ 1776 ਨੂੰ ਜੀ ਜੀ ਆਜ਼ਾਦੀ ਮਿਲੀ ਸੀ ਜੀ ਜੀ, 242 ਸਾਲ ਹੋ ਗਏ ਉਹਨਾਂ ਨੂੰ, ਬਹੁਤ ਬਹੁਤ ਮੁਬਾਰਕਬਾਦ ਹੋਵੇ ਜੀ 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 ਜੀ। ਆਜ਼ਾਦੀ ਕਿਹਨੂੰ ਕਹਿੰਦੇ ਆ? ਔਰ ਜਿਹੜੇ 70 ਸਾਲ, ਲਗਭਗ 70 ਸਾਲ ਭਾਰਤ ਨੂੰ ਹੋ ਗਏ, ਉਹ 15 ਅਗਸਤ ਨੂੰ ਉਹ ਵੀ ਆਜ਼ਾਦੀ ਮਨਾਉਣਗੇ, ਉਸ ਮੁਤਲਕ ਆਜ਼ਾਦੀ ਦਾ ਭਾਵ ਕਿ ਇਨਸਾਨ ਆਪਣੀ ਮਰਜ਼ੀ ਨਾਲ ਆਪਣੇ ਪਹਿਲਾਂ ਦਾ ਹਾਵ ਭਾਵ ਪ੍ਰਗਟ ਕਰ ਸਕਦਾ ਹੋਵੇ, ਆਜ਼ਾਦੀ ਨਾਲ ਘੁੰਮ ਫਿਰ ਸਕਦਾ ਹੋਵੇ, ਆਜ਼ਾਦੀ ਨਾਲ ਕੰਮ ਕਰ ਸਕਦਾ ਹੋਵੇ ਵਿਦਆਊਟ ਪਰਸੀਕਿਊਸ਼ਨ, ਔਰ ਉਹਨੂੰ ਸਰਕਾਰ ਜਿਹੜੀ ਡੈਮੋਕ੍ਰੇਟ ਸਰਕਾਰ ਵਾ ਉਹ ਜਮਾਤ ਨੂੰ ਹੱਕ ਪ੍ਰਦਾਨ ਕਰੇ, ਭਾਵ ਕੁੱਲੀ ਗੁੱਲੀ ਜੁੱਲੀ ਸਭ ਨੂੰ ਪ੍ਰਦਾਨ ਕਰੇ, ਨਾ ਕਿ ਜਿੱਦਾਂ ਕਿ ਮੇਰੇ ਦੇਸ਼ ਹੋ ਰਿਹਾ ਕਿ ਧਰਮ ਛੜੀ ਨੇ ਮੇਰੇ ਦੇਸ਼ ਦੀ ਹਿੱਕ ਤੇ ਲੀਕ
ਪਾ ਦਿੱਤੀ, ਇੱਕ ਨੂੰ ਸਵਰਨ ਬਣਾ ਦਿੱਤਾ ਤੇ ਦੂਜੇ ਨੂੰ ਅਵਰਨ ਠਹਿਰਾ ਦਿੱਤਾ, ਛਿੱਕੜੀ ਫੇਂਕ ਦੀ ਲਾ ਦਿੱਤੀ, ਫੇਂਕ ਲੱਗੀ ਹੋਈ ਆ ਸਾਡੇ ਲੋਕਾਂ ਨੂੰ। ਤਾਂਹੀਓ ਕੁਛ ਲੋਕਾਂ ਨੂੰ ਕਹਿੰਦੇ ਨੇ ਆਲੂ ਵਾਲਿਆ ਜੀ, ਆਜ਼ਾਦ ਭਾਰਤ ਚ ਅੱਜ ਵੀ ਕਈ ਗੁਲਾਮ ਰਹਿੰਦੇ ਨੇ, ਉਹ ਸਾਡਾ ਜੇਕਰ ਪ੍ਰਧਾਨ ਜਿਹੜਾ ਰਾਸ਼ਟਰਪਤੀ ਆ ਉਹਨੂੰ ਕਹਿਣ ਕੇ ਇੱਥੇ ਸਾਨੂੰ ਪੇਟ ਆਉਂਦੀ ਆ, ਹਰ ਦੂ ਲਾਲ ਤੋੜ ਦੇ ਆਜ਼ਾਦ ਹੋਏ ਨੂੰ, ਸਰਦਾਰ ਊਧਮ ਸਿੰਘ ਵਰਗੇ, ਸਰਦਾਰ ਭਗਤ ਸਿੰਘ ਵਰਗੇ ਅਗਰ ਅੱਜ ਉਹ ਭਾਰਤ ਨੂੰ ਵੇਖ ਰਹੇ ਹੋਣੇ ਤੇ ਉਹਨਾਂ ਦੇ ਦਿਲਾਂ ਦੇ ਵਿੱਚ, ਉਹਨਾਂ ਦੇ ਜ਼ਹਿਨ ਦੇ ਵਿੱਚ, ਉਹਨਾਂ ਦੀ ਨਮ ਅੱਖਾਂ ਭਾਰਤ ਨੂੰ ਵੇਖ ਰਹੀਆਂ ਹੋਣੀਆਂ ਮੈਨੂੰ ਲੱਗਦਾ ਅੱਜ। ਸੁਣੋ, ਮੈਂ ਭਗਤ ਸਿੰਘ ਤੇ ਕੁਛ ਲਾਈਨਾਂ ਲਿਖੀਆਂ ਸੀ, ਉਹਦੀਆਂ ਦੋ ਲਾਈਨਾਂ ਤੁਹਾਡਾ ਸਾਂਝੀ ਕਰਦਾ, ਯਾਦ ਰੱਖਣਾ ਤੇ ਮੈਂ ਖੁਦ ਲਿਖਦਾ ਹਾਂ ਤੇ ਲੋਕਾਂ ਦੀ ਕਵਿਤਾ ਬੋਲਦੇ ਹੁੰਦੇ, ਤੁਸੀਂ ਖਿਆਲ ਨਾ ਸੁਣਿਆ ਕਰੋ। ਸੁਣਿਆ ਲਿਖਿਆ ਹੈ ਭਗਤ ਸਿੰਘ ਨੂੰ ਕਿ ਭਗਤ ਸਿੰਘ ਜੋ ਤੇਰੇ ਸੁਪਨੇ ਸੀ ਕੀ ਹੋਏ ਸਾਕਾਰ, ਕੀ ਖਿੜੀਆਂ ਨੇ ਟਲੀਆਂ ਉਹ ਕੀ ਹੋਈ ਕੋਈ ਗੁਲਜ਼ਾਰ, ਕੀ ਝੁਗੀਆਂ ਚੋਂ ਨਸ ਕੇ ਗਰੀਬੀ ਕੰਗਾਲੀ, ਕੀ ਭੁੱਖ ਨਾਲ ਪਦਹਾਲੀ ਥਾਂ ਹੋਈ ਖੁਸ਼ਹਾਲੀ, ਕੀ ਕਾਮੇ ਕਿਰਤੀ ਦੀ ਹੋਈ ਜਿੰਦ ਕੋਈ ਆਸਾਨ, ਕੀ ਭਾਰਤ ਦਾ ਮਾਲਕ ਬਣਿਆ ਸੱਚਮੁੱਚ ਹੀ ਕਿਸਾਨ, ਜਿਹੜਾ ਫਾਹੇ ਲੈ ਲੈ ਮਰਦਾ ਆ, ਜਿਹੜਾ ਆਨਦਾਤਾ ਸੀ ਮਜ਼ਦੂਰ ਜਿਹੜਾ ਕਿ ਉਹਨਾਂ ਨੂੰ ਸਭ ਕੁਛ ਬਣਾ ਕੇ ਦਿੰਦਾ ਆ, ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਬੜੀ ਤੱਕ ਕੌਣ ਦਿੰਦਾ ਆ, ਉਹ ਬੈਠੇ ਖਾਈ ਜਾਂਦੇ ਆ। ਕੀ ਸੁਣੋ ਮੇਰੀ ਬਾਤ, ਕਿ ਜਿਹੜੀ ਆਜ਼ਾਦੀ ਲਈ ਤੂੰ ਦਿੱਤੀ ਸੀ ਕੁਰਬਾਨੀ, ਕੀ ਉਹ ਅਸਲੋਂ ਆਜ਼ਾਦੀ ਜਾਂ ਬਰਬਾਦੀ ਗੁਲਾਮੀ, ਪੇਟ ਹੈ ਦਰਦ ਵਿਥਿਆ ਸਰਦਾਰ ਦੀ ਦਾਸਤਾਨ, ਭਗਤ ਸਿੰਘ ਮੈਂ ਤੇਰੀ ਰੂਹ ਨੂੰ ਕਰਦਾ ਰਹਾਂਗਾ ਸਿੱਧੇ ਸੁਬਹਾ ਤੇ ਸ਼ਾਮ, ਸੁਬਹਾ ਤੇ ਸ਼ਾਮ, ਪਰ ਕਿ ਜੋ ਕੁਛ ਤੂੰ ਦੇਸ਼ ਕਰ ਲਈ ਆਪਣੀ ਕੁਰਬਾਨੀ ਦਿੱਤੀ, ਕਿ ਕੁਛ ਉੱਥੇ ਹੋਇਆ ਵੀ ਆ ਉਹ ਨਹੀਂ, ਤੁਸੀਂ ਲੋਕ ਆਪਾਂ ਲੋਕ ਉੱਥੇ ਗੁਲਾਮ ਆ, ਮੰਨ ਲਓ ਹਿੰਦੂ ਤਾਂ ਉਹ ਕਹਿੰਦੇ ਸਾਰਿਆਂ ਨੂੰ ਹਿੰਦੂ ਹਿੰਦੂ ਤਾਂ ਬਾਅਦ ਲਾ ਦੇਣਾ, ਉਹ ਤੁਸੀਂ ਕੀ ਰਹੋਗੇ ਅਸੀਂ ਕੀ ਰਵਾਂਗੇ, ਇਹ ਸੋਚਣਾ ਪਏਗਾ, ਅਸੀਂ ਆਜ਼ਾਦ ਨਹੀਂ ਹਾਂ। ਮੈਂ ਲਿਖ ਕੇ ਕਹਿੰਦਾ ਕਿ ਤੁਸੀਂ ਸਭ ਆਪਾਂ ਸਭ ਲੋਕ ਉਹਨਾਂ ਦੇ ਗੁਲਾਮ ਹਾਂ, ਅੱਗੇ ਅੰਗਰੇਜ਼ ਦੇ ਗੁਲਾਮ ਸੀ, ਹੁਣ ਉਹਨਾਂ ਦੇ ਜਿਹੜੇ ਕਿ ਉੱਥੇ ਉੱਤੇ ਬੈਠੇ ਬਾਣੀਏ ਉਹਨਾਂ ਦੇ ਗੁਲਾਮ ਹਾਂ। ਥੈਂਕ ਯੂ, ਸਮਾਂ ਦੇਣ ਦਾ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਇੱਥੇ ਮੈਂ ਇੱਕ ਗੱਲ ਜ਼ਰੂਰ ਜੋੜਨਾ ਚਾਹਾਂਗਾ, ਫਿਰ ਮੈਂ ਇਹਨਾਂ ਦੇ ਬਾਰੇ ਵਿਚਾਰ ਕਰਨਾ ਚਾਹਾਂਗਾ। ਅਸੀਂ ਹਮੇਸ਼ਾ ਆਪਣੀ ਗੱਲਾਂ ਦੇ ਵਿੱਚ ਕਹਿੰਦੇ ਹਾਂ ਕਿ ਉੱਥੇ ਬੈਠੇ ਹਿੰਦੂਆਂ ਨੇ, ਬ੍ਰਾਹਮਣਾਂ ਨੇ ਜਾਂ ਬਣੀਆਂ ਨੇ ਉਹ ਕਰਤਾ, ਲੇਕਿਨ ਕੀ ਅਸੀਂ ਮੰਨਦੇ ਹਾਂ ਉਹ ਵੀ ਸਾਡੇ ਭਰਾ ਨੇ, ਭਾਈਚਾਰਾ ਉਹ ਵੀ ਸਾਡਾ, ਔਰ ਸ਼ੁਰੂ ਤੋਂ ਲੈ ਕੇ ਜਦ ਸਾਡੇ ਗੁਰੂ ਸਾਹਿਬ ਉਹਨਾਂ ਨੂੰ ਸਪੋਰਟ ਕਰਦੇ ਆ ਰਹੇ ਨੇ, ਉਹਨਾਂ ਦੇ ਲਈ ਆਪਣੀ ਜਾਨ ਤੱਕ ਨਿਛਾਵਰ ਕਰਦੀ ਸਾਡੇ ਗੁਰੂ ਸਾਹਿਬਾਨਾਂ ਨੇ, ਲੇਕਿਨ ਮੈਨੂੰ ਲੱਗਦਾ ਕਿ ਆਪਾਂ ਪੂਰੇ ਭਾਈਚਾਰੇ ਨੂੰ ਉਂਗਲੀ ਉਠਾਈਏ, ਕਿ ਜਾਂ ਫਿਰ ਕੁਝ ਸਿਆਸਤਦਾਨਾਂ ਦੇ ਉੱਤੇ ਉਂਗਲੀ ਉਠਾਈਏ ਜੋ ਕਿ ਸਾਨੂੰ ਤੋੜਨਾ ਅਤੇ ਮਰੋੜਨਾ ਚਾਹੁੰਦੇ ਨੇ, ਔਰ ਚਾਹੁੰਦੇ ਨੇ ਕਿ ਇਹ ਵੱਖ ਵੱਖ ਹੋ ਜਾਣ। ਇਹ ਵੀ ਵਿਚਾਰ ਜਾਣਾ ਜ਼ਰੂਰੀ ਨੇ ਕਿ ਇਹ ਵੀ ਆਜ਼ਾਦੀ ਹੈ ਕਿ ਨਹੀਂ, ਕਿ ਸਾਨੂੰ ਇਸ ਤਰੀਕੇ ਨਾਲ ਵੀ ਆਜ਼ਾਦ ਭਾਰਤ ਦੇ ਵਿੱਚ ਕਹਿਣਗੇ ਕਿ ਇਹ ਤੁਹਾਡਾ ਆਜ਼ਾਦੀ ਦਾ ਅਸਲੀ ਮਤਲਬ ਹੈ। ਭਗਤ ਸਿੰਘ ਹੋਰਾਂ ਦੀ ਗੱਲ ਕੀਤੀ ਸੀਗੀ, ਸਰਦਾਰ ਊਧਮ ਸਿੰਘ ਹੋਰਾਂ ਦੀ ਗੱਲ ਕੀਤੀ ਸੀਗੀ, ਜਦ ਮੈਨੂੰ ਇੱਕ ਗੱਲ ਚੇਤੇ ਆਉਂਦੀ ਕਿ ਜਦੋਂ ਵਿਚਾਰਾਂ ਦੀ ਤਲਵਾਰ ਤਿੱਖੀ ਹੋ ਜਾਏ, ਜਿੰਦਰੇ ਉਦੋਂ ਗੁਲਾਮੀ ਦੇ ਖੁੱਲ ਜਾਂਦੇ ਨੇ, ਦਿਲਾਂ ਅੰਦਰ ਆਜ਼ਾਦੀ ਦਾ ਚਾਹ ਹੋਵੇ, ਖੂਨ ਲੱਖਾਂ ਹੀ ਵੀਰਾਂ ਦੇ ਡੁੱਲ ਜਾਂਦੇ ਨੇ, ਜਦੋਂ ਭਗਤ ਸਿੰਘ ਵਰਗੇ ਜਾਨਾ ਵਾਰਦੇ ਨੇ ਝੰਡੇ, ਉਦੋਂ ਆਜ਼ਾਦੀ ਦੇ ਝੁੱਲ ਜਾਂਦੇ ਨੇ। ਲਵਾਂਗਾ ਤੁਹਾਡੀ ਫੋਨ ਕਾਲਸ, ਵੇਖ ਪਾ ਰਹੇ ਹਾਂ ਇਸ ਬ੍ਰੇਕ ਤੋਂ ਉਸ ਪਾਰ।